ਤਾਂ ਪੁਲਿਸ ਦੀ ਗੱਡੀ ਨੇ ਇੱਕ ਗਰੀਬ ਦੇ ਰਿਕਸ਼ੇ ਨੂੰ ਟੱਕਰ ਮਾਰੀ ਹੈ, ਜਿਸ ਕਾਰਨ ਉਸਦਾ ਭਾਰੀ ਨੁਕਸਾਨ ਕਰ ਦਿੱਤਾ ਅਤੇ ਇਸ ਹਾਦਸੇ ਦੇ ਵਿੱਚ ਉਸ ਸ਼ਖਸ ਦੇ ਭਾਰੀ ਸੱਟਾਂ ਵੀ ਲੱਗਦੀਆਂ ਨੇ, ਜਿਸ ਤੋਂ ਬਾਅਦ ਰਿਕਸ਼ੇ ਵਾਲਾ ਆਪਣੇ ਹੋਏ ਨੁਕਸਾਨ ਦੇ ਪੈਸੇ ਮੰਗ ਰਿਹਾ ਸੀ ਅਤੇ ਮੌਕੇ 'ਤੇ ਲੋਕ ਵੀ ਇਕੱਠੇ ਹੋ ਜਾਂਦੇ ਨੇ ਤਾਂ ਉਹਨਾਂ ਦੱਸਿਆ ਕਿ ਤੇਰੇ ਨੁਕਸਾਨ ਦੇ ਤੈਨੂੰ ਪੈਸੇ ਦਵਾ ਦੇਵਾਂਗੇ ਅਤੇ ਇਸ ਸਮੇਂ ਪੁਲਿਸ ਵਾਲਾ ਵੀ ਉੱਥੇ ਹੀ ਖੜਾ ਹੁੰਦਾ ਹੈ। ਤਾਂ ਦੱਸਦੇ ਕਿ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਮੁਲਾਜ਼ਮ ਦੀ ਗੱਡੀ ਦਾ ਟਾਇਰ ਫਟ ਜਾਂਦਾ ਹੈ, ਜਿਸ ਤੋਂ ਬਾਅਦ ਇਹ ਇੱਕ ਰਿਕਸ਼ਾ ਚਾਲਕ ਨੂੰ ਟੱਕਰ ਮਾਰ ਦਿੰਦਾ ਹੈ ਅਤੇ ਟੱਕਰ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਜਾਂਦਾ ਹੈ ਅਤੇ ਇਸ ਤੋਂ ਬਾਅਦ ਇਹ ਗੱਡੀ ਹੁੰਦੀ ਹੈ ਖੰਭੇ ਦੇ ਨਾਲ ਜਾ ਵੱਜਦੀ ਹੈ ਅਤੇ ਇਸ ਦੇ ਵਿੱਚ ਗੱਡੀ ਵੀ ਭਾਰੀ ਨੁਕਸਾਨੀ ਜਾਂਦੀ ਹੈ ਅਤੇ ਰਿਕਸ਼ਾ ਚਾਲਕ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਇੱਕ ਪੁਲਿਸ ਦੀ ਗੱਡੀ ਦੇ ਵੱਲੋਂ ਇੱਕ ਰਿਕਸ਼ਾ ਚਾਲਕ ਨੂੰ ਟੱਕਰ ਮਾਰੀ ਗਈ, ਜਿਸ ਤੋਂ ਬਾਅਦ ਉਸਦਾ ਭਾਰੀ ਨੁਕਸਾਨ ਕਰ ਦਿੱਤਾ। ਤਾਂ ਪਠਾਨਕੋਟ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਗਰੀਬ ਦੇ ਰਿਕਸ਼ੇ ਨੂੰ ਟੱਕਰ ਮਾਰ ਦਿੱਤੀ ਗਈ। ਤਾਂ ਦੱਸਦੇ ਕਿ ਪੁਲਿਸ ਦੀ ਗੱਡੀ ਦਾ ਟਾਇਰ ਫਟਿਆ ਸੀ, ਜਿਸ ਤੋਂ ਬਾਅਦ ਇਹ ਇੱਕ ਰਿਕਸ਼ਾ ਚਾਲਕ ਆਪਣੀ ਚਪੇਟ ਦੇ ਵਿੱਚ ਲੈ ਲੈਂਦਾ, ਜਿਸ ਕਾਰਨ ਉਸਦਾ ਭਾਰੀ ਨੁਕਸਾਨ ਹੋ ਗਿਆ। ਤਾਂ ਵਾਰ ਵਾਰ ਇਹ ਸ਼ਖਸ ਆਪਣੇ ਹੋਏ ਨੁਕਸਾਨ ਦੇ ਪੈਸੇ ਮੰਗਦਾ ਹੋਇਆ ਨਜ਼ਰ ਆ ਰਿਹਾ। ਮੈਂ ਨਾ ਰਿਕਸ਼ਾ ਲੈ ਕੇ ਆਉਂਦੇ ਨਾ ਹਨਾ ਢੰਗ ਰੋਡ ਤੋਂ, ਅਤੇ ਮੈਂ ਚੱਲਿਆ ਆਉਂਦਾ ਆਪਣੀ ਸਾਈਡ 'ਤੇ, ਪੂਰੀ ਸਾਈਡ 'ਤੇ ਤੁਰਿਆ ਆਉਂਦਾ ਤਾਂ ਆਏ ਲੋਕ ਵੀ ਵੇਖਦੇ ਨੇ, ਅਤੇ ਉਹਨੇ ਆ ਕੇ ਪਿੱਛੋਂ ਦੀ ਨਾ ਪਹਿਲੇ ਇੱਕ ਖੰਭੇ 'ਚ ਮਾਰ ਲੱਗਾ, ਉਹ ਤੋਂ ਬਚਾ ਕੇ ਪੁਲਿਸ ਵਾਲੇ ਨੇ ਫਿਰ ਮੇਰੇ ਵਿੱਚ ਮਾਰਤਾ, ਮੇਰੀ ਸਾਰੀਆਂ ਹੱਡੀਆਂ ਟੁੱਟ ਚੱਲੀਆਂ ਨੇ। ਮੈਨੂੰ 1,000 ਰੁਪਈਆ ਦੇਣ ਡਿਆ ਵੀ ਰਿਕਸ਼ਾ ਠੀਕ ਕਰਾ ਲਾ, ਇਹ ਪੁਲਿਸ ਵਾਲਾ ਅਤੇ ਕਹਿੰਦਾ ਵੀ ਰਿਕਸ਼ਾ ਠੀਕ ਕਰਾ ਲਾ, ਤੇਰਾ ਇਲਾਜ ਮੇਰੇ ਕੋਲ ਨਹੀਂ ਹੋਣਾ, ਮੈਂ ਹੁਣ ਦੱਸ ਕਿੱਥੇ ਜਾਵਾਂ। ਕੋਈ ਨਸ਼ਾ ਨੁਸ਼ਾ ਕੀਤਾ ਉਹਨਾਂ ਨੇ? ਨਸ਼ਾ ਕੀਤਾ ਤਾਂ ਹੋਏਗਾ, ਤਾਂ ਹੀ ਮੇਰੇ 'ਚ ਮਾਰਿਆ ਉਹਨਾਂ ਨੇ। ਜੀ ਨੁਕਸਾਨ ਕੀ ਹੋਇਆ ਤੁਹਾਡਾ? ਚੱਕਾ ਤੋੜ ਛੱਡਿਆ, 1,000 ਰੁਪਈਆ 1,500 ਰੁਪਈਆ ਲੱਗਣਾ, 1,500 ਰੁਪਈਆ ਲੱਗਣਾ। ਉਹ ਮੈਂ ਹੁਣ ਕਿੱਥੋਂ ਗਰੀਬ ਬੰਦਾ ਤੰਗ, ਮੇਰੇ ਅੱਗੇ ਮੁੰਡਾ ਨਹੀਂ, ਦੋਏ ਮੇਰੀਆਂ ਕੁੜੀਆਂ ਨੇ, ਅਤੇ ਮੈਂ ਇਕੱਲਾ ਹੀ ਇਕੱਲਾ ਹੈਗਾ ਵਾ, ਰੋਟੀ ਖਾ ਕੇ ਸੌ ਜਾਂਦਾ। ਕੀ ਮੰਗ ਕੀ ਕਰਦੇ ਹੋ ਇਹ ਪੁਲਿਸ ਵਾਲਿਆਂ ਨਾਲ? ਕੀ ਹੋਣਾ ਚਾਹੀਦਾ ਉਹਨਾਂ ਨੇ? ਇਹ ਹੋਣਾ ਚਾਹੀਦਾ ਵੀ ਇਹ ਰਿਕਸ਼ਾ ਵੀ ਸਹੀ ਕਰਾਉਣ, ਅਤੇ ਇਨ ਮਹੀਨਾ ਕੰਮ ਵੀ ਨਹੀਂ ਕਰਨਾ ਹੁਣ ਉਹਦੀਆਂ ਹੱਡੀਆਂ ਤੋੜ ਚੜੀਆਂ, ਤੁਸੀਂ ਘੱਟੋ ਘੱਟ 4,000 ਰੁਪਇਆ 5,000 ਰੁਪਇਆ ਲੱਗਣਾ, ਅਤੇ ਕਰੋ ਠੀਕ ਹੈ ਹੁਣ। ਉਹ ਤਾਂ ਇੱਧਰੋਂ ਜਾ ਰਿਹਾ ਸੀ ਢੰਗ ਰੋਡ 'ਤੇ, ਮੇਰੀ ਮੀਟਿੰਗ ਹੈ ਟਿੰਬਰ ਐਸੋਸੀਏਸ਼ਨ ਦੀ, ਅਤੇ ਅਸੀਂ ਦੇਖਿਆ ਕੀ ਆ ਕੋਈ ਪੁਲਿਸ ਵਾਲੇ 3-4 ਗੱਡੀ 'ਚ ਬੈਠੇ ਵੇ, ਤੇਰੇ ਉੱਡਦੇ ਹੀ ਆਏ ਨੇ, ਇਹ ਵਿਚਾਰਾ ਗਰੀਬ ਆਦਮੀ ਆ, ਤੁਹਾਡੇ ਸਾਹਮਣੇ ਦੇਖੋ ਵਿਚਾਰੇ ਦੀ ਕੁਛ ਵੀ ਨਹੀਂ, ਇਲਾਜ ਵਾਸਤੇ ਵੀ ਨਾ, ਰਿਕਸ਼ੇ ਦਾ ਹਾਲ ਦੇਖੋ ਤੁਸੀਂ, ਉਹ ਸ਼ਰੇਆਮ ਬਦਮਾਸ਼ੀ ਦਾ ਪਤਾ ਨਹੀਂ ਕਿੱਥੋਂ ਆਏ ਦੇ ਆ, ਪੁਲਿਸ ਦੀ ਵਰਦੀ ਪਾਈ ਦੀ ਆ, ਤੁਸੀਂ ਦੇਖ ਹੀ ਲਿਆ ਕੀ ਹਾਲ ਆ, ਅਤੇ ਮੈਂ ਕਹਿੰਦਾ ਇੰਨੀ ਫਾਸਟ ਆਏ ਨੇ ਕਿ ਡਰ ਹੀ ਲੱਗਣ ਡਿਆ ਕੁਛ ਨਾ ਹੋ ਜੇ ਕੋਈ ਹੋਰ ਵੀ ਬੰਦੇ ਨਾਲ, ਹੈ ਔਰ ਇਹ ਗਰੀਬ ਆਦਮੀ ਦਾ ਰਿਕਸ਼ਾ ਵੀ ਤੋੜਤਾ ਔਰ ਗਰੀਬ ਆਦਮੀ ਨੂੰ ਇੱਥੇ ਛੱਡ ਕੇ ਵੀ ਨੱਠ ਗਏ ਨੇ, ਔਰ ਇਹ ਇਨਸਾਨੀਅਤ ਆ ਪੰਜਾਬ ਪੁਲਿਸ 'ਚ। ਪੰਜਾਬ ਪੁਲਿਸ ਕਿ ਵੱਡੇ ਵੱਡੇ ਵਾਅਦੇ ਕਰਦੀ ਆ ਕਿ ਅਸੀਂ ਇਹ ਕਰਨੇ ਆ ਨਸ਼ਾ ਛਡਾ ਰਹੇ ਹਾਂ, ਉਹ ਮੈਨੂੰ ਲੱਗਦਾ ਨਾ ਆਪੇ ਨਸ਼ਾ ਕਰਕੇ ਬੰਦੇ ਮਾਰਨ 'ਤੇ ਲੱਕ ਬੰਨ ਲਿਆ। ਹਾਂ ਇਹਦਾ ਇਨਸਾਫ ਮਿਲਣਾ ਚਾਹੀਦਾ, ਗਰੀਬ ਆਦਮੀ ਆ, ਇਹਦਾ ਮਤਲਬ ਗਰੀਬ ਆਦਮੀ ਦਾ ਕੋਈ ਹੱਕ ਨਹੀਂ, ਗਰੀਬ ਆਦਮੀ ਦਾ ਕੋਈ ਇਨਸਾਫ, ਇਹਦਾ ਮਤਲਬ ਗਰੀਬ ਆਦਮੀ ਦੇ ਮਗਰ ਕੋਈ ਨਹੀਂ ਨਾ, ਇਹ ਕਿੱਦਾਂ ਦੀ ਆਮ ਪਾਰਟੀ ਕਹਿੰਦੇ ਅਸੀਂ ਗਰੀਬ ਆਦਮੀਆਂ ਦੇ ਨਾਲ ਹੈ, ਇਹ ਗਰੀਬ ਆਦਮੀ ਦਾ ਹਾਲ ਦੇਖ ਲਓ, ਇਹ ਦੇਖ ਲਓ ਤੁਹਾਡੇ ਸਾਹਮਣੇ ਬੈਠਾ ਜੇ, ਔਰ ਜੇ ਮੈਂ ਇੱਥੋਂ ਨਾ ਜਾਵਾਂ ਨਾ ਚੁੱਕਾਂ ਇਹ ਤਾਂ ਨੱਠ ਗਏ ਸੀ ਸੜਕਾਂ ਦੇ, ਇਹ ਹੁਣ ਇਹ ਪਤਾ ਨਹੀਂ ਕਿੱਥੋਂ ਦੇ ਨੇ ਬੰਦੇ, ਹੁਣ ਸਾਨੂੰ ਤਾਂ ਇਹ ਨਹੀਂ ਪਤਾ ਕਿ ਪੁਲਿਸ ਦੇ ਵੀ ਹੈ ਕਿ ਨਹੀਂ ਹੈ। SSP ਸਾਹਿਬ ਨੂੰ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਨਾ ਕਿ ਇਹਨੂੰ ਦੇਖਿਆ ਜਾਏ ਸ਼ਹਿਰ 'ਚ, ਇਹ ਕਿੱਥੋਂ ਦੇ ਨੇ ਬੰਦੇ, ਕੌਣ ਹੈ, ਇਹਨਾਂ ਨੂੰ ਇਮੀਡੀਏਟਲੀ ਸਸਪੈਂਡ ਕੀਤਾ ਜਾਏ।